ਤੱਕ ਕਬੱਡੀ ਦੇ ਸੰਸਾਰ ਤੇ ਰਾਜ ਕਰਨ ਵਾਲੇ ਸੰਦੀਪ ਨੰਗਲ ਨੂੰ ਵੇਵਕਤੀ ਮੌਤ ਨੇ ਨਿਗਲ ਲਿਆ। ਕਬੱਡੀ ਦੇ ਆਸ਼ਿਕ ਨੇ ਕਬੱਡੀ ਦੇ ਮੈਦਾਨ ਦੇ ਵਿੱਚ ਉਦੋਂ ਦਮ ਤੋੜ ਦਿੱਤਾ ਜਦੋਂ ਅਣਪਛਾਤੇ ਹਮਲਾਵਰਾਂ ਨੇ ਤਾੜ ਤਾੜ ਗੋਲੀਆਂ ਦਾਗ ਦਿੱਤੀਆਂ। ਅਣ ਅਧਿਕਾਰਿਤ ਸੂਤਰਾਂ ਦੇ ਮੁਤਾਬਿਕ ਸੰਦੀਪ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਹੈ। ਫੇਸਬੁੱਕ ਤੇ ਇੱਕ ਪੋਸਟ ਵਾਇਰਲ ਹੋਈ ਹੈ ਜਿਸ ਦੇ ਵਿੱਚ ਇਸ ਗਰੁੱਪ ਨੇ ਕਿਹਾ ਹੈ ਕਿ ਸੰਦੀਪ ਨੂੰ ਨਰਕਾਂ ਵਿੱਚ ਅਸੀਂ ਭੇਜਿਆ ਹੈ, ਇਹਨੇ ਸਾਡੇ ਗਰੁੱਪ ਨਾਲ ਧੋਖਾ ਕੀਤਾ, ਪਹਿਲਾਂ ਕੰਮ ਆਪਦਾ ਕਢਵਾ ਲਿਆ ਤੇ ਫਿਰ ਵਿਦੇਸ਼ ਚਲਾ ਗਿਆ, ਗਾਇਬ ਹੋ ਗਿਆ, ਇਹਦਾ ਮਰਨਾ ਹੁਣ ਬਹੁਤ ਜ਼ਰੂਰੀ ਸੀ। ਲਾਰੈਂਸ ਬਿਸ਼ਨੋਈ ਗਰੁੱਪ ਪੰਜਾਬ ਤੇ ਹਰਿਆਣਾ ਦੇ ਵਿੱਚ ਸਰਗਰਮ ਹੈ ਪਰ ਅਸੀਂ ਇਹਨਾਂ ਦੇ ਦਾਅਵੇ ਦੀ ਪੁਸ਼ਟੀ ਨਹੀਂ ਕਰਦੇ। ਖੈਰ 14 ਤਰੀਕ ਨੂੰ ਜਦੋਂ ਹਮਲਾਵਰਾਂ ਨੇ ਗੋਲੀਆਂ ਦਾ ਮੀਂਹ ਵਰਾਇਆ ਉਦੋਂ ਸੋਮਵਾਰ ਸ਼ਾਮ ਨੂੰ ਸ਼ਾਹਕੋਟ ਦੇ ਪਿੰਡ ਮੱਲੀਆਂ ਕਲਾਂ ਦੇ ਵਿੱਚ ਕਬੱਡੀ ਮੈਚ ਦੇ ਵਿੱਚ ਉਹ ਹਿੱਸਾ ਲੈ ਰਹੇ ਸੀ। ਅਣਪਛਾਤੇ ਹਮਲਾਵਰਾਂ ਨੇ ਸੰਦੀਪ ਦੇ ਸਿਰ ਅਤੇ ਛਾਤੀ ਦੇ ਵਿੱਚ 8 ਤੋਂ 10 ਗੋਲੀਆਂ ਮਾਰੀਆਂ। ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਉੱਥੇ ਮੌਜੂਦ ਮੈਚ ਦੇਖਣ ਵਾਲਿਆਂ ਦੇ ਵਿੱਚ ਭੱਜ ਦੌੜ ਪੈ ਗਈ। ਇੱਥੋਂ ਤੱਕ ਕਿ ਕਮੈਂਟੇਟਰ ਅਤੇ ਰੈਫਰੀ ਨੂੰ ਵੀ ਅਨਾਊਂਸਮੈਂਟ ਕਰਨੀ ਪਈ ਕਿ ਗੋਲੀਬਾਰੀ ਚੱਲ ਰਹੀ ਹੈ, ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ, ਸਾਰੇ ਨੇ ਜਿਹੜੇ ਲੋਕ ਉਹ ਘਬਰਾਉਣ ਨਾ ਪਰ ਇੱਥੋਂ ਫਟਾਫਟ ਨਿਕਲ ਜਾਣ। ਹਾਲਾਂਕਿ ਸੰਦੀਪ ਤੇ ਹਮਲਾ ਕਰਨ ਵਾਲਿਆਂ ਦੀ ਹਾਲੇ ਪਛਾਣ ਨਹੀਂ ਹੋਈ ਪਰ ਪੈਸੇ ਦੀ ਖੇਡ, ਕਬੱਡੀ ਦੇ ਵਿੱਚ ਮਾਫੀਆ ਤੇ ਗੈਂਗਸਟਰਾਂ ਦਾ ਦਖਲ ਕਿਸ ਕਦਰ ਵੱਧ ਗਿਆ ਇਹ ਚਿੰਤਾ ਦੀ ਗੱਲ ਹੈ। ਪੰਜਾਬ ਦੇ ਕਈ ਜਾਣੇ ਪਛਾਣੇ ਗੈਂਗਸਟਰ ਕਬੱਡੀ ਦੇ ਵਿੱਚ ਪੈਸਾ ਲਾ ਰਹੇ ਨੇ। ਪੁਲਿਸ ਦੇ ਵੱਲੋਂ 4 ਸਾਲ ਪਹਿਲਾਂ ਹੀ ਅਜਿਹੇ ਸੰਕੇਤ ਦਿੱਤੇ ਜਾਣ ਲੱਗੇ ਸੀ। ਇਸ ਦੌਰਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਮਨਜੀਤ ਸਿੰਘ ਥਿਆੜਾ ਜਿਹੜੇ ਅਮਰੀਕਾ ਰਹਿੰਦੇ ਨੇ ਉਹਨਾਂ ਨੇ ਹਮਲਾਵਰਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਤੇ ਪੰਜਾਬ ਦੇ ਵਿੱਚ ਨਵੀਂ ਸਰਕਾਰ ਦੇ ਸਹੁੰ ਚੁੱਕਣ ਤੋਂ ਮਹਿਜ਼ ਕੁਝ ਘੰਟੇ ਪਹਿਲਾਂ ਵਾਪਰੀ ਇਸ ਘਟਨਾ ਨੇ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਤੇ ਸਵਾਲ ਖੜਾ ਕਰ ਦਿੱਤਾ। ਉੱਥੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਦੇ ਮੂਹਰੇ ਵੀ ਇੱਕ ਵੱਡੀ ਚੁਣੌਤੀ ਆਣ ਖੜੀ ਹੋਈ ਹੈ ਕਿਉਂਕਿ ਹਾਲ ਹੀ ਦੇ ਦਿਨ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਦਰਜਨ ਤੋਂ ਵੱਧ ਗਊਆਂ ਦੇ ਮਾਰੇ ਜਾਣ ਦੀ ਖਬਰ ਮਿਲੀ ਸੀ। ਹਾਲਾਂਕਿ ਪੁਲਿਸ ਨੇ 2 ਦਿਨਾਂ ਦੇ ਅੰਦਰ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਸੰਦੀਪ ਨੰਗਲ ਦੇ ਬਾਰੇ ਗੱਲ ਕਰਨੀ ਜ਼ਰੂਰ ਬਣਦੀ ਹੈ ਕਿ ਸੰਦੀਪ ਕਿਹੋ ਜਿਹਾ ਕਬੱਡੀ ਖਿਡਾਰੀ ਸੀ, ਕਿਹੋ ਜਿਹੀ ਸ਼ਖਸੀਅਤ ਦਾ ਮਾਲਕ ਸੀ। ਬਿਹਤਰੀਨ ਜਾਫੀ ਖਿਤਾਬ ਜੇਤੂ ਸੰਦੀਪ 3 ਸਾਲ ਤੋਂ ਕਬੱਡੀ ਫੈਡਰੇਸ਼ਨ ਚਲਾ ਰਿਹਾ ਸੀ। ਕੌਮਾਂਤਰੀ ਪੱਧਰ ਦਾ ਕਬੱਡੀ ਖਿਡਾਰੀ ਸੀ। ਉਸਨੇ ਆਪਣੀ ਤਾਕਤ ਦਾ ਲੋਹਾ ਪੰਜਾਬ ਤੋਂ ਬਾਹਰ ਕੈਨੇਡਾ, ਅਮਰੀਕਾ ਤੇ ਇੰਗਲੈਂਡ ਦੇ ਵਿੱਚ ਵੀ ਮਨਵਾਇਆ। ਮੱਲੀਆਂ ਕਲਾਂ ਦੇ ਵਿੱਚ ਕਬੱਡੀ ਟੂਰਨਾਮੈਂਟ ਦੇ ਵਿੱਚ ਸ਼ਾਮਿਲ ਹੋਣ ਗਏ ਸੰਦੀਪ ਨੰਗਲ ਅੰਬੀਆਂ ਦੇ ਨਾਲ ਉੱਗੇ ਖੇਡ ਪ੍ਰਮੋਟਰ ਬਲਵਿੰਦਰ ਸਿੰਘ ਚੱਠਾ ਵੀ ਮੌਜੂਦ ਸਨ। ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਉਹ ਇਕੱਠੇ ਗਏ ਸੀ ਟੂਰਨਾਮੈਂਟ ਤੇ ਸੰਦੀਪ ਲੁੱਦੜ ਦਾ ਸਨਮਾਨ ਕੀਤਾ। ਉਸ ਤੋਂ ਬਾਅਦ ਸੰਦੀਪ ਲੁੱਦੜ ਨੂੰ ਵਿਦਾ ਕਰਨ ਦੇ ਲਈ ਸੰਦੀਪ ਨੰਗਲ ਉਹਦੇ ਨਾਲ ਚਲਾ ਗਿਆ। ਲੁੱਦੜ ਤਾਂ ਸੜਕ ਪਾਰ ਕਰ ਗਿਆ, ਸੰਦੀਪ ਨੰਗਲ ਪਿੱਛੇ ਰਹਿ ਗਿਆ ਤਾਂ 4 ਅਣਪਛਾਤੇ ਲੋਕਾਂ ਨੇ ਤਾਬੜ ਤੋੜ ਗੋਲੀਆਂ ਵਰਾ ਕੇ ਹਮਲਾ ਕਰ ਦਿੱਤਾ। ਉਹਨਾਂ ਅੱਗੇ ਦੱਸਿਆ ਕਿ 2 ਅਣਪਛਾਤਿਆਂ ਨੇ ਫਾਇਰਿੰਗ ਕੀਤੀ, 2 ਨੇ ਸੰਦੀਪ ਨੰਗਲ ਉੱਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਬਲਵਿੰਦਰ ਚੱਠਾ ਨੇ ਵੀ ਦੱਸਿਆ ਕਿ ਸੰਦੀਪ ਦੀ ਇੱਕੋ ਇੱਕ ਖੁਆਇਸ਼ ਸੀ ਕਬੱਡੀ ਨੂੰ ਨਸ਼ਾ ਮੁਕਤ ਕਰਨਾ। ਸਨਮਾਨਿਤ ਕੀਤਾ ਸੰਦੀਪ ਲੁੱਦੜ ਦਾ 21,000 ਰੁਪਈਏ ਨਾਲ ਨਾਲ ਟਰੋਫੀ, 1-2 ਹੋਰ ਸਨਮਾਨਿਤ ਕੀਤੇ। ਮੁੜ ਕੇ ਮੈਨੂੰ ਸੰਦੀਪ ਕਹਿੰਦਾ ਸਟੇਜ 'ਤੇ ਅੰਕਲ ਬਹਿ ਜਾਓ, ਮੈਂ ਬਹਿ ਗਿਆ ਅਤੇ ਇਹ ਕਿਤੇ ਸੰਦੀਪ ਨੂੰ ਸੀ ਆਫ ਕਰਨ ਗਿਆ, ਛੱਡਣ ਗਿਆ ਅਤੇ ਉਹਨੇ ਕਿਹਾ ਵੀ ਉਸਤਾਦ ਤੁਸੀਂ ਬੈਠੋ, ਪਰ ਇਹ ਮੈਨੂੰ ਨਾ ਸੀ ਪਤਾ ਵੀ ਉਹਨੂੰ ਛੱਡਣ ਗਏ। ਇਹਦੇ ਪਿੱਛੇ ਵੀ 2 ਮੁੰਡੇ ਸੀ, ਜਿੱਦਾਂ ਦੱਸਦੇ ਆ ਵੀ ਅਸੀਂ ਤੁਰੇ ਜਾਂਦੇ ਹਾਂ, ਇਹ ਮੋਹਰੇ ਆ ਲੁੱਦੜ ਰੋਡ ਕ੍ਰੋਸ ਕਰ ਗਿਆ, ਗੱਡੀ 'ਚ ਬਹਿਣ ਲੱਗਿਆ, ਇਹ ਪਿੱਛੇ ਇਹਨੂੰ ਦੱਸੋ ਮੈਂ ਗੱਡੀ 'ਚ ਉਹਨੂੰ ਕਹਿ ਤੋਰ ਕੇ ਆਉਂਦਾ। ਅਤੇ ਅਣਛਾਪ ਜਿਹੜੇ ਪਤਾ ਨਹੀਂ ਕੌਣ ਸੀ ਗੱਡੀ 'ਚ ਉਤਰੇ ਭੱਜ ਕੇ 4 ਬੰਦੇ, ਜਿੱਦਾਂ ਦੱਸਦੇ ਆ 4 ਬੰਦੇ ਜਿਹੜੇ ਉਤਰੇ, ਉਹਨਾਂ ਦੋਵਾਂ ਨੇ ਪਬਲਿਕ ਵੱਲ ਨੂੰ ਗੋਲੀ ਸ਼ੁਰੂ ਕੀਤੀ ਅਤੇ ਦੋਨਾਂ ਨੇ ਇਹਦੇ ਦੁਆਲੇ ਇਹਦੇ ਥੱਲੇ ਭੱਜੀਆਂ ਗੋਲੀਆਂ ਜਿੱਦਾਂ ਅਸੀਂ ਦੇਖੀਆਂ। ਜਦੋਂ ਡਿੱਗ ਪਿਆ ਤਾਂ ਫਿਰ ਇੱਥੇ ਇੱਕ ਰੱਖ ਕੇ ਮਾਰੀ, ਜਿੱਦਾਂ ਤਸੱਲੀ ਕਰਕੇ ਗਏ ਮਾਰਨੀ ਆਏ ਸੀ। ਸੰਦੀਪ ਨੰਗਲ ਅੰਬੀਆਂ ਪਿੰਡ ਦੇ ਵਿੱਚ ਪੈਦਾ ਹੋਇਆ ਸੀ, ਇਸ ਵੇਲੇ ਯੂਕੇ ਦਾ ਨਾਗਰਿਕ ਸੀ। ਸੰਦੀਪ ਆਪਣੇ ਪਿੱਛੇ 2 ਜੋੜੇ ਪੁੱਤਰ ਤੇ ਪਤਨੀ ਨੂੰ ਛੱਡ ਗਿਆ। ਸੰਦੀਪ ਦੇ ਪਿੰਡ ਦੇ ਲੋਕਾਂ ਨੂੰ ਹਾਲੇ ਤੱਕ ਇਸ ਗੱਲ ਦਾ ਭਰੋਸਾ ਨਹੀਂ ਹੋ ਰਿਹਾ, ਯਕੀਨ ਨਹੀਂ ਹੋ ਰਿਹਾ ਕਿ ਉਹਨਾਂ ਦੇ ਪਿੰਡ ਨੂੰ ਖੇਡ ਜਗਤ ਦੇ ਵਿੱਚ ਕੌਮਾਂਤਰੀ ਪਛਾਣ ਦਵਾਉਣ ਵਾਲਾ ਕਬੱਡੀ ਦਾ ਸਿਤਾਰਾ ਸਦਾ ਦੇ ਲਈ ਛੱਡ ਗਿਆ ਹੈ, ਦੁਨੀਆ ਤੋਂ ਤੁਰ ਗਿਆ ਹੈ। ਪਿੰਡ ਵਾਸੀ ਦੱਸਦੇ ਨੇ ਕਿ ਸਕੂਲ ਪੜ੍ਹਦੇ ਸਮੇਂ ਹੀ ਸੰਦੀਪ ਨੂੰ ਕਬੱਡੀ ਖੇਡਣ ਦਾ ਸ਼ੌਂਕ ਪੈਦਾ ਹੋਇਆ। 2002 ਦੇ ਵਿੱਚ ਉਹਦੀ ਖੇਡ ਨਿਖਰਨੀ ਸ਼ੁਰੂ ਹੋ ਗਈ ਸੀ। 2004 ਵਿੱਚ ਸੰਦੀਪ ਇੰਗਲੈਂਡ ਚਲਾ ਗਿਆ, ਕੰਮ ਦੇ ਨਾਲ ਨਾਲ ਉਹਨੇ ਕਬੱਡੀ ਖੇਡਣੀ ਨਹੀਂ ਛੱਡੀ। ਸੰਦੀਪ ਦੇ ਘਰ 'ਚ ਸੱਥਰ ਵਿਛੇ ਹੋਏ ਨੇ, ਪਰਿਵਾਰ ਤੇ ਦੋਸਤ ਮਿੱਤਰ ਸੰਦੀਪ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਨੇ। ਪਿੰਡ ਵਾਸੀ ਦੱਸਦੇ ਨੇ ਕਿ ਜਦੋਂ ਵੀ ਉਹ ਪਿੰਡ ਆਉਂਦਾ ਤਾਂ ਹਮੇਸ਼ਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ,
कबड्डी खेडण लई किहो जिहा शरीर चाहीदा हुंदा है जां जिम दे विच किवें कसरत करनी है उस बारे ही अपने पिंड दे नौजवानां नूं दसदा सी। इहदा इक्को इक शौक सीगा वी जां ते कसरत करनी है ते जां समझ लो कि मतलब कबड्डी खेलनी। इहदा जिहड़ा वा बच्चियां नाल ते होर जिहड़े खेड वाले बच्चे साडे पिंड दे सी उहनां नूं बहुत अगे लै के कदी इहने बैडमिंटन खेलण लग जाणा, कदी वालीबाल खेलण लग जाणा। बाकी ये दूसरी गल ये सी कि नशियां तों ये बहुत ज़्यादा वरजदा सी लोग बच्चियां साड्यां नूं। ते बाकी इहनां दा परिवार जिहड़ा हुण इहदा परिवार ये आ कि इहदे दो जुड़वे बेटे होए, वह भी काफ़ी चिर बाद होए आ, ਜਿਹੜੇ ਹੁਣ ਮੇਰੇ ਹਿਸਾਬ ਨਾਲ ਚੌਥੇ ਸਾਲ 'ਚ ਆ। ਸੰਦੀਪ ਜ਼ਿਮੀਦਾਰ ਪਰਿਵਾਰ ਨਾਲ ਸੰਬੰਧਿਤ ਸੀ। ਉਸ ਦੀ ਜ਼ਿੰਦਗੀ ਦਾ ਬਹੁਤਾ ਸਮਾਂ ਗਰੀਬੀ ਦੇ ਦੌਰ ਵਿੱਚੋਂ ਹੀ ਲੰਘਿਆ। ਖੇਤੀਬਾੜੀ ਦੇ ਨਾਲ ਜੁੜਿਆ ਪਰਿਵਾਰ ਸੀ ਤੇ ਖੇਤਾਂ ਦੀਆਂ ਸਬਜ਼ੀਆਂ ਨੂੰ ਮੰਡੀਆਂ ਵਿੱਚ ਵੇਚ ਕੇ ਪਰਿਵਾਰ ਗੁਜ਼ਾਰਾ ਕਰਦਾ ਸੀ। ਮਜ਼ਬੂਤ ਤੇ ਤਕੜੇ ਸਰੀਰ ਵਾਲਾ ਹੋਣ ਕਰਕੇ ਸੰਦੀਪ ਨੂੰ ਗਲੇਡੀਏਟਰ ਕਿਹਾ ਜਾਂਦਾ ਸੀ। ਸੰਦੀਪ ਪਿਛਲੇ ਕੁਝ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਰਹਿੰਦਾ ਸੀ ਕਿ ਕਬੱਡੀ ਨੂੰ ਨਸ਼ਾ ਖਾ ਰਿਹਾ ਹੈ, ਨਸ਼ੇ ਦੇ ਨਾਲ ਨਾਲ ਗੈਂਗਸਟਰੀ ਕਲਚਰ ਹੈ ਜਿਹੜਾ ਉਹ ਇੱਥੇ ਐਂਟਰ ਕਰ ਰਿਹਾ ਹੈ। ਪਿੰਡ ਦੇ ਹੀ ਖਿਡਾਰੀ ਪ੍ਰਦੀਪ ਸਿੰਘ ਦੱਸਦੇ ਨੇ ਕਿ ਸੰਦੀਪ ਉਹਨਾਂ ਨੂੰ ਹਮੇਸ਼ਾ ਖੇਡਾਂ ਪ੍ਰਤੀ ਟਿਪਸ ਦਿੰਦੇ ਸੀ। ਸੰਦੀਪ ਕਹਿੰਦੇ ਸਾਡੇ ਪਰਿਵਾਰ ਦੇ ਵਾਂਗ ਸੀ, ਹਮੇਸ਼ਾ ਨਾਲ ਖੜਦਾ ਸੀ ਤੇ ਸਾਨੂੰ ਹਮੇਸ਼ਾ ਇਹ ਕਹਿੰਦਾ ਸੀ ਕਿ ਘਰ ਦੀ ਖੁਰਾਕ ਹੀ ਖਾਣੀ ਹੈ, ਬਾਹਰੋਂ ਲੈ ਕੇ ਕੁਛ ਵੀ ਨਹੀਂ ਖਾਣਾ, ਤਾਂ ਹੀ ਤੁਹਾਡਾ ਸਰੀਰ ਹੈ ਜਿਹੜਾ ਉਹ ਤੰਦਰੁਸਤ ਰਹਿ ਸਕਦਾ ਹੈ, ਤਾਂ ਹੀ ਤੁਸੀਂ ਤਕੜੇ ਜੁੱਸੇ ਦੇ ਮਾਲਕ ਬਣ ਸਕਦੇ ਹੋ। ਆਪਣਾ ਪਰਿਵਾਰ ਹੁੰਦਾ ਨਾ ਇੱਦਾਂ ਸੀਗੇ ਭਾਈ ਹੋਣੀ ਸਾਨੂੰ ਭਾਈ ਬਹੁਤ ਹੈਲਪ ਕਰਦੇ ਜੀ। ਥੋੜ੍ਹਾ ਟਾਈਮ ਪਹਿਲਾਂ ਹੀ ਮੇਰੇ ਬ੍ਰਦਰ ਦੀ ਡੈਥ ਹੋਈ 2 ਮਹੀਨੇ ਪਹਿਲਾਂ ਹੀ, ਤਾਂ ਬਹੁਤ ਜ਼ਿਆਦਾ ਸਾਥ ਦਿੱਤਾ ਉਹਨਾਂ ਨੇ, ਉਦੋਂ ਵੀ ਕੋਈ ਪਿੱਛੇ ਪੈਰ ਨਹੀਂ ਪੱਟਿਆ, ਨਾਲ ਹੀ ਰਹੇ, ਖੜ੍ਹੇ ਰਹੇ ਆ। ਕਿਸੇ ਵੀ ਚੀਜ਼ ਦੀ ਲੋੜ ਆ ਰੋਕ ਕੇ ਕਹਿਣਾ ਵੀ ਸਾਨੂੰ ਦੱਸ, ਅਸੀਂ ਤੇਰੇ ਭਰਾ ਹਾਂ। ਹੁਣ ਜਿੰਨੇ ਵੀ ਪਲੇਅਰ ਭਾਈ ਉਹਨਾਂ ਨਾਲ ਖੇਡਦੇ ਆ ਇਹਨਾਂ ਦਾ ਏਕਾ ਚਾਹੀਦਾ ਵਾ ਕਿ ਅੱਜ ਇਹਦੇ ਨਾਲ ਹੋ ਗਿਆ ਭਾਈ ਨਾਲ, ਕੱਲ੍ਹ ਕਿਸੇ ਹੋਰ ਨਾਲ ਵੀ ਹੋ ਸਕਦਾ, ਇਹਨਾਂ ਨੂੰ ਹੁਣ ਇਕੱਠੇ ਹੋਣਾ ਚਾਹੀਦਾ। ਸੋ ਸੰਦੀਪ ਦੇ ਪਿੰਡ ਵਾਲਿਆਂ ਦੇ ਮੁਤਾਬਿਕ, ਪਰਿਵਾਰ ਵਾਲਿਆਂ ਦੇ ਮੁਤਾਬਿਕ ਅਤੇ ਦੋਸਤਾਂ ਦੇ ਮੁਤਾਬਿਕ ਸੰਦੀਪ ਦੀ ਕਿਹੋ ਜਿਹੀ ਸ਼ਖਸੀਅਤ ਸੀ ਉਹ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸੀ ਹੈ। ਅਤੇ ਇੱਕ ਉੱਗੇ ਨੌਜਵਾਨ ਖਿਡਾਰੀ ਦਾ, ਕੌਮਾਂਤਰੀ ਖਿਡਾਰੀ ਦਾ ਇਸ ਤਰੀਕੇ ਦੇ ਨਾਲ ਭੰਗ ਦੇ ਪਹਾੜੇ ਦੁਨੀਆ ਤੋਂ ਚਲੇ ਜਾਣਾ ਬੇਹੱਦ ਚਿੰਤਾਜਨਕ ਹੈ। ਪੰਜਾਬ ਦੇ ਵਿੱਚ ਕਿਹੋ ਜਿਹਾ ਮਾਹੌਲ ਬਣ ਰਿਹਾ ਇਹ ਉਸ ਤੋਂ ਵੀ ਵੱਡੀ ਚਿੰਤਾ ਹੈ। ਅਗਲੀ ਖਬਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਦੇ ਨਾਲ ਜੁੜੀ ਹੋਈ ਹੈ, ਜਿਸ ਦੇ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਐਕਟਿਵ ਹੋ ਗਈ ਹੈ। ਸੂਤਰ ਦੱਸਦੇ ਨੇ ਕਿ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਨੇ ਤਿਹਾੜ ਜੇਲ੍ਹ ਪਹੁੰਚ ਕੇ ਜੇਲ੍ਹ 'ਚ ਬੰਦ ਗੈਂਗਸਟਰਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਦਰਅਸਲ 14 ਮਾਰਚ ਦੀ ਸ਼ਾਮ ਨੂੰ ਇੱਕ ਦਹਾਕੇ ਤੱਕ ਕਬੱਡੀ ਦੇ ਸੰਸਾਰ ਤੇ ਰਾਜ ਕਰਨ ਵਾਲੇ ਸੰਦੀਪ ਨੰਗਲ ਨੂੰ ਬੇਵਕਤੀ ਮੌਤ ਨੇ ਨਿਗਲ ਲਿਆ। ਕਬੱਡੀ ਦੇ ਆਸ਼ਿਕ ਨੇ ਕਬੱਡੀ ਦੇ ਮੈਦਾਨ ਦੇ ਵਿੱਚ ਉਦੋਂ ਦਮ ਤੋੜ ਦਿੱਤਾ ਜਦੋਂ ਅਣਪਛਾਤੇ ਹਮਲਾਵਰਾਂ ਨੇ ਤਾੜ ਤਾੜ ਗੋਲੀਆਂ ਦਾਗ ਦਿੱਤੀਆਂ। ਅਣ ਅਧਿਕਾਰਿਤ ਸੂਤਰਾਂ ਦੇ ਮੁਤਾਬਿਕ ਸੰਦੀਪ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਹੈ। ਫੇਸਬੁੱਕ ਤੇ ਇੱਕ ਪੋਸਟ ਵਾਇਰਲ ਹੋਈ ਹੈ ਜਿਸ ਦੇ ਵਿੱਚ ਇਸ ਗਰੁੱਪ ਨੇ ਕਿਹਾ ਹੈ ਕਿ ਸੰਦੀਪ ਨੂੰ ਨਰਕਾਂ ਵਿੱਚ ਅਸੀਂ ਭੇਜਿਆ ਹੈ, ਇਹਨੇ ਸਾਡੇ ਗਰੁੱਪ ਨਾਲ ਧੋਖਾ ਕੀਤਾ, ਪਹਿਲਾਂ ਕੰਮ ਆਪਦਾ ਕਢਵਾ ਲਿਆ ਤੇ ਫਿਰ ਵਿਦੇਸ਼ ਚਲਾ ਗਿਆ, ਗਾਇਬ ਹੋ ਗਿਆ, ਇਹਦਾ ਮਰਨਾ ਹੁਣ ਬਹੁਤ ਜ਼ਰੂਰੀ ਸੀ। ਲਾਰੈਂਸ ਬਿਸ਼ਨੋਈ ਗਰੁੱਪ ਪੰਜਾਬ ਤੇ ਹਰਿਆਣਾ ਦੇ ਵਿੱਚ ਸਰਗਰਮ ਹੈ ਪਰ ਅਸੀਂ ਇਹਨਾਂ ਦੇ ਦਾਅਵੇ ਦੀ ਪੁਸ਼ਟੀ ਨਹੀਂ ਕਰਦੇ। ਖੈਰ 14 ਤਰੀਕ ਨੂੰ ਜਦੋਂ ਹਮਲਾਵਰਾਂ ਨੇ ਗੋਲੀਆਂ ਦਾ ਮੀਂਹ ਵਰਾਇਆ ਉਦੋਂ ਸੋਮਵਾਰ ਸ਼ਾਮ ਨੂੰ ਸ਼ਾਹਕੋਟ ਦੇ ਪਿੰਡ ਮੱਲੀਆਂ ਕਲਾਂ ਦੇ ਵਿੱਚ ਕਬੱਡੀ ਮੈਚ ਦੇ ਵਿੱਚ ਉਹ ਹਿੱਸਾ ਲੈ ਰਹੇ ਸੀ। ਅਣਪਛਾਤੇ ਹਮਲਾਵਰਾਂ ਨੇ ਸੰਦੀਪ ਦੇ ਸਿਰ ਅਤੇ ਛਾਤੀ ਦੇ ਵਿੱਚ 8 ਤੋਂ 10 ਗੋਲੀਆਂ ਮਾਰੀਆਂ। ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਉੱਥੇ ਮੌਜੂਦ ਮੈਚ ਦੇਖਣ ਵਾਲਿਆਂ ਦੇ ਵਿੱਚ ਭੱਜ ਦੌੜ ਪੈ ਗਈ, ਇੱਥੋਂ ਤੱਕ ਕਿ ਕਮੈਂਟੇਟਰ ਅਤੇ ਰੈਫਰੀ ਨੂੰ ਵੀ ਅਨਾਊਂਸਮੈਂਟ ਕਰਨੀ ਪਈ ਕਿ ਗੋਲੀਬਾਰੀ ਚੱਲ ਰਹੀ ਹੈ, ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ। ਸਾਰੇ ਨੇ ਜਿਹੜੇ ਲੋਕ ਉਹ ਘਬਰਾਉਣ ਨਾ ਪਰ ਇੱਥੋਂ ਫਟਾਫਟ ਨਿਕਲ ਜਾਣ। ਹਾਲਾਂਕਿ ਸੰਦੀਪ ਤੇ ਹਮਲਾ ਕਰਨ ਵਾਲਿਆਂ ਦੀ ਹਾਲੇ ਪਛਾਣ ਨਹੀਂ ਹੋਈ ਪਰ ਪੈਸੇ ਦੀ ਖੇਡ ਕਬੱਡੀ ਦੇ ਵਿੱਚ ਮਾਫੀਆ ਤੇ ਗੈਂਗਸਟਰਾਂ ਦਾ ਦਖਲ ਕਿਸ ਕਦਰ ਵੱਧ ਗਿਆ ਇਹ ਚਿੰਤਾ ਦੀ ਗੱਲ ਹੈ। ਪੰਜਾਬ ਦੇ ਕਈ ਜਾਣੇ ਪਛਾਣੇ ਗੈਂਗਸਟਰ ਕਬੱਡੀ ਦੇ ਵਿੱਚ ਪੈਸਾ ਲਾ ਰਹੇ ਨੇ। ਪੁਲਿਸ ਦੇ ਵੱਲੋਂ 4 ਸਾਲ ਪਹਿਲਾਂ ਹੀ ਅਜਿਹੇ ਸੰਕੇਤ ਦਿੱਤੇ ਜਾਣ ਲੱਗੇ ਸੀ। ਇਸ ਦੌਰਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਮਨਜੀਤ ਸਿੰਘ ਥਿਆੜਾ ਜਿਹੜੇ ਅਮਰੀਕਾ ਰਹਿੰਦੇ ਨੇ ਉਹਨਾਂ ਨੇ ਹਮਲਾਵਰਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਤੇ ਪੰਜਾਬ ਦੇ ਵਿੱਚ ਨਵੀਂ ਸਰਕਾਰ ਦੇ ਸਹੁੰ ਚੁੱਕਣ ਤੋਂ ਮਹਿਜ ਕੁਝ ਘੰਟੇ ਪਹਿਲਾਂ ਵਾਪਰੀ ਇਸ ਘਟਨਾ ਨੇ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਦੇ ਸਵਾਲ ਖੜਾ ਕਰ ਦਿੱਤਾ। ਉੱਥੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਦੇ ਮੂਹਰੇ ਵੀ ਇੱਕ ਵੱਡੀ ਚੁਣੌਤੀ ਆਣ ਖੜੀ ਹੋਈ ਹੈ ਕਿਉਂਕਿ ਹਾਲ ਹੀ ਦੇ ਦਿਨ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਦਰਜਨ ਤੋਂ ਵੱਧ ਗਊਆਂ ਦੇ ਮਾਰੇ ਜਾਣ ਦੀ ਖਬਰ ਮਿਲੀ ਸੀ। ਹਾਲਾਂਕਿ ਪੁਲਿਸ ਨੇ 2 ਦਿਨਾਂ ਦੇ ਅੰਦਰ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।
संदीप नंगल दे बारे गल करनी जरूर बनती है कि संदीप कहो जिहा कबड्डी खिडारी सी, कहो जिही शख्सियत दा मालक सी। बेहतरीन जाफी खिताब जेतु संदीप 3 साल तो कबड्डी फेडरेशन चला रहा सी, कौमांतरी पद्धर दा कबड्डी खिडारी सी। उसने अपनी ताकत दा लोहा पंजाब तो बाहर कैनेडा, अमेरिका ते इंग्लैंड दे विच भी मनवाया। मल्लियां कलां दे विच कबड्डी टूरनामेंट दे विच शामिल होण गए संदीप नंगल अंबियां दे नाल उगे खेड प्रमोटर बलविंदर सिंह चट्ठा भी मौजूद सन। उन्होंने मीडिया नूं दस्या कि ओह कट्ठे गए सी टूरनामेंट ते संदीप लुद्दड़ दा सन्मान कीता। उस तों बाद संदीप लुद्दड़ नूं विदा करन दे लई संदीप नंगल उहदे नाल चला गया। लुद्दड़ तां सड़क पार कर गया, संदीप नंगल पिछे रह गया तां 4 अणपछाते लोकां ने ताबड़ तोड़ गोलियां वरा के हमला कर दिता। उन्होंने अगे दस्या कि 2 अणपछातियां ने फायरिंग कीती, 2 ने संदीप नंगल उत्ते सिद्धियां गोलियां चला दित्तियां। बलविंदर चट्ठा ने भी दस्या कि संदीप दी ਇੱਕੋ ਇੱਕ ਖੁਆਇਸ਼ ਸੀ ਕਬੱਡੀ ਨੂੰ ਨਸ਼ਾ ਮੁਕਤ ਕਰਨਾ। ਸਨਮਾਨਿਤ ਕੀਤਾ ਸੰਦੀਪ ਲੁੱਦੜ ਦਾ 21,000 ਰੁਪਏ ਨਾਲ ਟਰੋਫੀ, 1-2 ਹੋਰ ਸਨਮਾਨਿਤ ਕੀਤੇ। ਮੁੜ ਕੇ ਮੈਨੂੰ ਸੰਦੀਪ ਕਹਿੰਦਾ ਸਟੇਜ 'ਤੇ ਅੰਕਲ ਬਹਿ ਜਾਓ, ਮੈਂ ਬਹਿ ਗਿਆ ਅਤੇ ਇਹ ਕਿਤੇ ਸੰਦੀਪ ਨੂੰ ਸੀ ਆਫ ਕਰਨ ਗਿਆ, ਛੱਡਣ ਗਿਆ ਅਤੇ ਉਹਨੇ ਕਿਹਾ ਵੀ ਉਸਤਾਦ ਤੁਸੀਂ ਬੈਠੋ, ਪਰ ਇਹ ਮੈਨੂੰ ਨਾ ਸੀ ਪਤਾ ਵੀ ਉਹਨੂੰ ਛੱਡਣ ਗਏ। ਇਹਦੇ ਪਿੱਛੇ ਵੀ 2 ਮੁੰਡੇ ਸੀ, ਜਿੱਦਾਂ ਦੱਸਦੇ ਆ ਵੀ ਅਸੀਂ ਤੁਰੇ ਜਾਂਦੇ ਹਾਂ, ਇਹ ਮੋਹਰੇ ਆ ਲੁੱਦੜ ਰੋਡ ਕ੍ਰੋਸ ਕਰ ਗਿਆ, ਗੱਡੀ 'ਚ ਬਹਿਣ ਲੱਗਿਆ, ਇਹ ਪਿੱਛੇ ਇਹਨੂੰ ਦੱਸੋ ਮੈਂ ਗੱਡੀ 'ਚ ਉਹਨੂੰ ਕਹਿ ਤੋਰ ਕੇ ਆਉਂਦਾ। ਅਤੇ ਅਣਛਾਪ ਜਿਹੜੇ ਪਤਾ ਨਹੀਂ ਕੌਣ ਸੀ ਗੱਡੀ 'ਚ ਉਤਰੇ ਭੱਜ ਕੇ 4 ਬੰਦੇ, ਜਿੱਦਾਂ ਦੱਸਦੇ ਆ 4 ਬੰਦੇ ਜਿਹੜੇ ਉਤਰੇ, ਉਹਨਾਂ ਦੋਵਾਂ ਨੇ ਪਬਲਿਕ ਵੱਲੋਂ ਗੋਲੀ ਸ਼ੁਰੂ ਕੀਤੀ ਅਤੇ ਦੋਨਾਂ ਨੇ ਇਹਦੇ ਦੁਆਲੇ ਇਹਦੇ ਥੱਲੇ ਭੱਜੀਆਂ ਗੋਲੀਆਂ ਜਿੱਦਾਂ ਅਸੀਂ ਦੇਖੀਆਂ। ਜਦੋਂ ਡਿੱਗ ਪਿਆ ਤਾਂ ਫਿਰ ਇੱਥੇ ਇੱਕ ਰੱਖ ਕੇ ਮਾਰੀ, ਜਿੱਦਾਂ ਤਸੱਲੀ ਕਰਕੇ ਗਏ ਮਾਰਨੀ ਆਏ ਸੀ। ਸੰਦੀਪ ਨੰਗਲ ਅੰਬੀਆਂ ਪਿੰਡ ਦੇ ਵਿੱਚ ਪੈਦਾ ਹੋਇਆ ਸੀ, ਇਸ ਵੇਲੇ ਯੂਕੇ ਦਾ ਨਾਗਰਿਕ ਸੀ। ਸੰਦੀਪ ਆਪਣੇ ਪਿੱਛੇ 2 ਜੋੜੇ ਪੁੱਤਰ ਤੇ ਪਤਨੀ ਨੂੰ ਛੱਡ ਗਿਆ। ਸੰਦੀਪ ਦੇ ਪਿੰਡ ਦੇ ਲੋਕਾਂ ਨੂੰ ਹਾਲੇ ਤੱਕ ਇਸ ਗੱਲ ਦਾ ਭਰੋਸਾ ਨਹੀਂ ਹੋ ਰਿਹਾ, ਯਕੀਨ ਨਹੀਂ ਹੋ ਰਿਹਾ ਕਿ ਉਹਨਾਂ ਦੇ ਪਿੰਡ ਨੂੰ ਖੇਡ ਜਗਤ ਦੇ ਵਿੱਚ ਕੌਮਾਂਤਰੀ ਪਛਾਣ ਦਵਾਉਣ ਵਾਲਾ ਕਬੱਡੀ ਦਾ ਸਿਤਾਰਾ ਸਦਾ ਦੇ ਲਈ ਛੱਡ ਗਿਆ ਹੈ, ਦੁਨੀਆ ਤੋਂ ਤੁਰ ਗਿਆ ਹੈ। ਪਿੰਡ ਵਾਸੀ ਦੱਸਦੇ ਨੇ ਕਿ ਸਕੂਲ ਪੜ੍ਹਦੇ ਸਮੇਂ ਹੀ ਸੰਦੀਪ ਨੂੰ ਕਬੱਡੀ ਖੇਡਣ ਦਾ ਸ਼ੌਂਕ ਪੈਦਾ ਹੋਇਆ। 2002 ਦੇ ਵਿੱਚ ਉਹਦੀ ਖੇਡ ਨਿਖਰਨੀ ਸ਼ੁਰੂ ਹੋ ਗਈ ਸੀ। 2004 ਵਿੱਚ ਸੰਦੀਪ ਇੰਗਲੈਂਡ ਚਲਾ ਗਿਆ, ਕੰਮ ਦੇ ਨਾਲ ਨਾਲ ਉਹਨੇ ਕਬੱਡੀ ਖੇਡਣੀ ਨਹੀਂ ਛੱਡੀ। ਸੰਦੀਪ ਦੇ ਘਰ 'ਚ ਸੱਥਰ ਵਿਛੇ ਹੋਏ ਨੇ, ਪਰਿਵਾਰ ਤੇ ਦੋਸਤ ਮਿੱਤਰ ਸੰਦੀਪ